सुखबीर बादल कभी आके मंच के उत्ते भी मैं हिंदूआ पंजाब के अंदर हिंदुओं ना तक्का हो रहा है तुसी मंदिर हिंदुओं ना तक्का हो रही है बिल्कुल हो रही है बिल्कुल मंदिर मतवादी मंदिर बिल्कुल साफ के ना पिंडराला मतवादी जी मासूम लोगों का कातिल सी बम बम बोले बम बम बोले बम बम बोले जय श्री राम जय श्री राम। पंजाब का मुख्यमंत्री कौन हो? हिंदू हो हिंदू हो। पंजाब का अगला मुख्यमंत्री कौन हो? हिंदू हो हिंदू हो। सत श्री अकाल, मैं हाँ लखविंदर सिंह गिल। आज साढ़े नाल शिव सेना के चेयरमैन राजीव टंडन जी खन्ना पहुंचे ने, गलबात करते उन्होंने। राजीव जी बहुत बहुत स्वागत है तुहाडा। जयकारा वीर बजरंगे हर हर महादेव। राजीव जी अज किहड़ा मुद्दा लेके आए हो? बिल्कुल हिंदू समाज का अपने धर्म के लिए अपने समाज लिए पंजाब की खुशहाली के मुद्दे की गल करन आए हैं। अज लोग असी एक ही गल कर रहे हैं भी पंजाब का अगला मुख्यमंत्री हिंदू क्यों ना हो। बिल्कुल असी अज सारे पंजाब दे विच वख वख शहरां विच जा रहे हैं, अपने समाज के लोगों को मिल रहे हैं। तो राजनीतिक पार्टी के जो लीडर ने, चाहे कांग्रेस की सोनिया गांधी है, अकाली दल का सुखबीर बादल है, पंजाब कांग चाहे कांग्रेस तुसी आम आदमी पार्टी का केजरीवाल है, भाजपा का नरेंद्र मोदी जी ने, असी उन्होंने सारे सवाल एक ही गल कर रहे हैं भी पंजाब का मुख्यमंत्री हिंदू क्यों नहीं हो सकता। क्या तुसी किसे हिंदू नू इन्ना योग्य नहीं समझते? क्या तुसी किसे हिंदू समाज के व्यक्ति इन्ना कुशल नहीं समझते भी वह पंजाब का शासन चला सके, पंजाब का मुख्यमंत्री बन सके? ਤੁਹਾਡੇ ਹਿਸਾਬ ਨਾਲ ਇਹ ਹਿੰਦੂ ਸੀ, ਇਹ ਹਿੰਦੂ ਨਹੀਂ ਹੈਗੇ ਜੀ? ਕੋਈ ਸੀ ਇੰਨੇ ਹਿੰਦੂ ਨਹੀਂ ਹੈਗੇ ਜਿਹੜੇ ਦੀ ਗੱਲ ਕਰਦੇ ਹੋ? ਜੱਟ ਸਮਾਜ ਦੇ ਲੋਕ ਕੇਸਦਾਰੀ ਹਿੰਦੂ ਨੇ। ਮੈਂ ਫਿਰ ਕਹਿ ਰਿਹਾ ਤੁਸੀਂ ਇਤਿਹਾਸ ਪੜ੍ਹਦੇ ਹੋ? ਮੈਂ ਇਤਿਹਾਸ ਪੜ੍ਹ ਰਿਹਾ ਤਾਂ ਦੱਸ ਰਿਹਾ ਇਹ ਜਿਹੜੇ ਨੇ ਤੁਸੀਂ ਪਹਿਲੇ ਮੈਂ ਪਹਿਲਾਂ ਦੱਸਦਾ ਰਿਹਾ, ਸੁਣ ਲਓ ਫਿਰ ਮੇਰੀ, ਤੁਹਾਡੀ ਗੱਲ ਤੇ ਆ ਰਿਹਾ। ਇਹ ਲੋਕ ਕੇਸਦਾਰੀ ਹਿੰਦੂ ਨੇ ਪਰ ਇਹ ਲੋਕ ਆਪਣੇ ਆਪ ਨੂੰ ਹਿੰਦੂ ਸਮਝਦੇ ਨਹੀਂ ਹੈਗੇ। ਤੁਸੀਂ ਕਵਾ ਦਿਓ, ਤੁਸੀਂ ਐਂ ਕਰੋ ਕੈਪਟਨ ਸਾਹਿਬ ਨੂੰ ਪੁੱਛੋ, ਕਹਿਣ ਸਰਵਜਨਿਕ ਮੰਚ ਤੇ ਹੋ ਕੇ ਆ ਕੇ ਵੀ ਮੈਂ ਹਿੰਦੂ ਹਾਂ, ਸੁਖਬੀਰ ਬਾਦਲ ਕਵੇ ਆ ਕੇ ਮੰਚ ਦੇ ਉੱਤੇ ਵੀ ਮੈਂ ਹਿੰਦੂ ਹਾਂ, ਮੈਂ ਸੋਹ ਖਾਨਾ, ਮੈਂ ਆਪਣੇ ਧਰਮ ਪਰਮ ਪਿਤਾ ਪਰਮੇਸ਼ਵਰ ਦੀ ਸੋਹ ਖਾ ਕਹਿੰਦਾ, ਮੈਂ ਖੁੱਲਾ ਸਮਰਥਨ ਦਾਂਗਾ, ਖੁੱਲਾ ਆਪਣੇ ਸਾਥੀਆਂ ਦੇ ਨਾਲ ਆ ਕੇ ਇਹਨਾਂ ਦੀ ਸਪੋਰਟ ਕਰਾਂਗਾ। ਜਵਾਬ ਨੂੰ ਸੁਣ ਲਓ, ਪਹਿਲਾਂ ਗੱਲ ਨੂੰ ਹੁਣ ਜਾਓ ਨਾ ਜੀ। ਹਾਂਜੀ, ਤੁਸੀਂ ਇਹ ਦੱਸੋ ਇਤਿਹਾਸ ਪੜ੍ਹਦੇ ਹੋ ਤੁਸੀਂ? ਬਿਲਕੁਲ ਪੜ੍ਹਦੇ ਜੀ। ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਤਿੰਨ ਸੀਐਮ ਦੇ ਨਾਮ ਦੱਸਿਓ ਮੈਨੂੰ ਮੜੇ ਜੀ। ਬਿਲਕੁਲ, ਜਿਹੜੇ 1947 ਤੋਂ ਬਾਅਦ 1966 ਤੋਂ ਬਾਅਦ ਜਿਹੜੇ ਮੁੱਖ ਮੰਤਰੀ ਆਏ ਨੇ, ਦੋ ਮੁੱਖ ਮੰਤਰੀ ਆਏ ਨੇ ਹਿੰਦੂ ਸਮਾਜ ਤੋਂ ਆਏ ਨੇ। ਕੀ ਨਾਮ ਆ ਜੀ ਉਹਨਾਂ ਦਾ? ਬਿਲਕੁਲ, ਇੱਕ ਦਾ ਗੋਪੀ ਚੰਦ ਭਾਰਦਵਾਜ, ਦੂਜਾ ਸੀ ਸਾਡੇ ਇੱਕ ਹੋਰ, ਹਾਂਜੀ ਰਾਮ ਕਿਸ਼ਨ ਜੀ, ਹੋਰ ਤੀਸਰੇ ਜੀ, ਦੋ ਮੁੱਖ ਮੰਤਰੀ ਆਏ ਨੇ ਸਾਡੇ। ਬਿਲਕੁਲ, ਉਹਨਾਂ ਨੇ ਜਿਹੜਾ, ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਪੰਜਾਬ ਦਾ ਸੀਐਮ ਨਹੀਂ? ਤੁਸੀਂ ਕਹਿ ਰਹੇ ਹੋ ਜਿਹੜੀ ਸਾਡੀ ਦੁੱਖ ਦੀ ਗੱਲ ਤਾਂ ਸੁਣੋ ਨਾ, 1947 ਤੋਂ ਬਾਅਦ 1966 ਤੱਕ ਜਿੰਨੇ ਮੁੱਖ ਮੰਤਰੀ ਆਏ ਹਿੰਦੂ ਸਮਾਜ ਤੋਂ ਆਏ, ਜਿਹੜਾ ਉਹਨਾਂ ਦਾ ਸ਼ਾਸਨ ਸੀਗਾ, ਦੇਖਿਆ ਤੁਸੀਂ, ਨਾ ਜਾਤ ਪਾਤ ਦੀ ਗੱਲ ਸੀ, ਨਾ ਧਰਮ ਆਧਾਰਿਤ ਰਾਜਨੀਤੀ ਹੁੰਦੀ ਸੀਗੀ। ਤੁਸੀਂ ਤਾਂ ਕਹਿ ਰਹੇ ਹੋ ਜਦੋਂ 1966 ਵਿੱਚ ਪੰਜਾਬੀ ਸੂਬਾ ਬਣਾਇਆ ਗਿਆ, ਹਿੰਦੂ ਬਹੁਲ ਇਲਾਕੇ ਸਾਡੀਆਂ ਬਾਹਾਂ ਹਿਮਾਚਲ ਪ੍ਰਦੇਸ਼ ਹਰਿਆਣਾ ਜਦੋਂ ਅਲੱਗ ਕੀਤੇ ਗਏ ਪੰਜਾਬ ਦੇ ਵਿੱਚੋਂ, ਉਸ ਤੋਂ ਬਾਅਦ ਜਿੰਨੇ ਮੁੱਖ ਮੰਤਰੀ ਆਏ ਸਾਰੇ ਸਿੱਖ ਸਮਾਜ ਤੋਂ ਆਏ, ਉਹਨਾਂ ਨੇ ਸਿੱਖ ਸਮਾਜ ਧਰਮ ਦਾ, ਜੱਟ ਸਮਾਜ ਤੋਂ ਆਏ, ਮੈਂ ਸਿੱਖ ਦੀ ਵੀ ਨਹੀਂ ਗੱਲ ਕਰਾਂਗਾ, ਜੱਟ ਸਮਾਜ ਤੋਂ ਆਏ ਜਿਨ੍ਹਾਂ ਨੇ ਸਿੱਖ ਧਰਮ ਲਈ ਕੰਮ ਬੜਾ ਕੀਤਾ, ਪਰ ਹਿੰਦੂ ਸਮਾਜ ਦੇ ਨਾਲ ਚੌਥੇ ਦਰਜੇ ਦਾ ਵਿਵਹਾਰ ਕੀਤਾ। ਰਾਜੀਵ ਜੀ, ਤੁਸੀਂ ਨੇ ਗੱਲ ਕਰੀ ਸੀ ਵੀ ਸਿੱਖ ਜਿਹੜੇ ਹਿੰਦੂ ਸਮਾਜ ਤੋਂ ਕੋਈ ਸੀਐਮ ਨਹੀਂ ਬਣਿਆ, ਹੁਣ ਤੱਕ ਸਿੱਖ ਬਣਦੇ ਆਏ ਨੇ, ਲੇਕਿਨ ਤਿੰਨ ਜਿਹੜੇ ਸੀਐਮ ਬਣੇ ਨੇ ਉਹ ਹਿੰਦੂ ਸਮਾਜ ਦੇ ਵਿੱਚੋਂ ਬਣੇ। ਮੈਂ 1966 ਤੋਂ ਪਹਿਲਾਂ ਦੀ ਗੱਲ, 1966 ਤੋਂ ਬਾਅਦ ਦੀ ਗੱਲ ਕਰ ਰਿਹਾ, 1966 ਤੋਂ ਬਾਅਦ ਜਦ ਦਾ ਪੰਜਾਬੀ ਸੂਬਾ ਬਣਿਆ, ਹਿੰਦੂ ਬਹੁਲ ਇਲਾਕੇ ਹਰਿਆਣਾ ਹਿਮਾਚਲ ਜਦੋਂ ਸਾਡੇ ਤੋਂ ਅਲੱਗ ਕੀਤੇ ਗਏ ਨੇ, ਉਸ ਤੋਂ ਬਾਅਦ ਦੀ ਗੱਲ ਕਰ ਰਿਹਾ, 55 ਸਾਲ ਹੋ ਗਏ ਵੀ ਕੋਈ ਜੱਟ ਸਮਾਜ ਤੋਂ ਮੁੱਖ ਮੰਤਰੀ ਬਣਦਾ ਆ ਰਿਹਾ, ਇੱਦਾਂ ਕਿਉਂ? 18% ਦੀ ਆਬਾਦੀ ਪੂਰੇ ਪੰਜਾਬ ਦੇ ਉੱਤੇ 55 ਸਾਲ ਤੋਂ ਰਾਜ ਕਰ ਰਹੀ ਹੈ, ਸਾਨੂੰ ਕੀ ਕੀਤਾ ਜਾਂਦਾ? ਹਰ ਵੇਲੇ ਲਾਲੀਪੋਪ ਦਿੱਤਾ ਜਾਂਦਾ, ਤੁਹਾਨੂੰ ਅਸੀਂ ਦਾਲ ਫਰੀ ਕਰ ਦਿਆਂਗੇ, ਤੁਹਾਨੂੰ ਅਸੀਂ ਅਨਾਜ ਫਰੀ ਕਰ ਦਿਆਂਗੇ, ਤੁਹਾਨੂੰ ਅਸੀਂ ਬਿਜਲੀ ਦੇ ਕਿੰਨੇ ਦੋ ਜੁਲਮ ਮਾਫ਼ ਕਰ ਦਿਆਂਗੇ। ਸਾਨੂੰ ਲਾਲਚ ਦੇ ਕੇ, ਗਰੀਬ ਬੰਦਿਆਂ ਨੂੰ ਲਾਲਚ ਦੇ ਕੇ ਵੋਟਾਂ ਪਾਈਆਂ ਜਾਂਦੀਆਂ, ਭੇਡ ਬੱਕਰੀਆਂ ਸਮਝਿਆ ਜਾਂਦਾ ਸਾਨੂੰ, ਭੇਡ ਬੱਕਰੀਆਂ ਸਮਝਿਆ ਸਾਨੂੰ, ਹੱਕ ਕੇ ਲੈ ਕੇ ਜਾਇਆ ਜਾਂਦਾ ਇਲੈਕਸ਼ਨਾਂ ਵਿੱਚ ਵੀ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਫਰੀ ਦਾਲ ਦਿਆਂਗੇ, ਫਰੀ ਤੁਹਾਨੂੰ ਕਣਕ ਦਿਆਂਗੇ, ਤੁਹਾਨੂੰ 200 ਜਣੇ ਬਿਜਲੀ ਮਾਫ਼ ਕਰਾਂਗੇ। ਗੱਲ ਤਾਂ ਪਰ ਸਵਾਲ ਗੱਲ ਜਨਤਾ ਜਲ ਚੁੱਕੀ ਹੈ, ਜਨਤਾ ਤੰਗ ਆ, ਜਨਤਾ ਕਹਿੰਦੀ ਪੰਜਾਬ ਖੁਸ਼ਹਾਲ ਕਿਉਂ? ਜਦੋਂ ਨਾ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਹਾਂ, ਦੂਜੀਆਂ ਸਟੇਟਾਂ ਜਾਂਦੇ ਹਾਂ, ਹਰਿਆਣਾ ਹੀ ਦੇਖ ਲਓ, ਹਰਿਆਣਾ ਅੱਜ ਤੋਂ ਕੁਛ ਸਾਲ ਪਹਿਲਾਂ ਪੰਜਾਬ ਤੋਂ ਬਹੁਤ ਪਿਛੜਿਆ ਹੋਇਆ ਸੀਗਾ, ਪਰ ਅੱਜ ਗੱਲ ਕੀਤੀ ਜਾਵੇ ਹਰਿਆਣੇ ਦੀ, ਉੱਥੇ ਵਿਕਾਸ ਦੇਖਿਆ ਜਾਵੇ ਤਾਂ ਸਾਡੇ ਤੋਂ ਪੰਜਾਬ ਤੋਂ ਬਹੁਤ ਅੱਗੇ ਨਿਕਲ ਗਿਆ। ਅਸੀਂ ਲੋਕ ਕਿੱਥੇ ਗਿਣਤੀ ਜਾਂਦੇ ਹਾਂ ਦੇਸ਼ ਦੇ? ਅਸੀਂ ਬਿਲਕੁਲ ਜਿਹੜਾ ਪਿਛਲਾ ਪਿੱਛੋਂ ਨੰਬਰ ਸ਼ੁਰੂ ਹੁੰਦਾ ਨਾ, ਉਸ ਨੰਬਰ ਤੋਂ ਅਸੀਂ ਪਹਿਲਾ ਨੰਬਰ ਸਾਡਾ ਗਿਣਿਆ ਜਾਂਦਾ। ਸਾਡੇ ਉੱਤੇ 3 ਲੱਖ ਕਰੋੜ ਦਾ ਕਰਜ਼ਾ, ਕਰਜ਼ਾ ਕਿਹਨੇ ਚੜਾਇਆ? ਇਹਨਾਂ ਜੱਟਾਂ ਨੇ। ਕਿਹਨਾਂ ਨੇ ਚੜਾਇਆ? ਇਹ ਜੱਟ ਮੁੱਖ ਮੰਤਰੀਆਂ ਨੇ।
ਪੰਜਾਬ ਦਾ ਵਿਕਾਸ ਕੀਤਾ, ਸੜਕਾਂ ਸਾਡੀ ਟੁੱਟੀਆਂ ਪਈਆਂ, ਰੋਡਾਂ ਟੁੱਟੀਆਂ ਪਈਆਂ, 12 ਰੁਪਏ ਬਿਜਲੀ ਦਾ ਜੁੜ ਭਰ ਰਹੇ ਸੀ ਲੋਕ। ਪੰਜਾਬ ਦਾ ਪੰਜਾਬ ਬਿਜਲੀ ਦਾ ਉਤਪਾਦਨ ਕਰਤਾ ਬਿਜਲੀ ਅਸੀਂ ਲੋਕ ਬਣਾਈਏ। ਮੈਂ ਕਹਿੰਦਾ ਅਸੀਂ ਮੋਬਾਈਲ ਬਣਾਈਏ ਤਾਂ ਸਾਨੂੰ ਸਾਡੇ ਘਰਦਿਆਂ ਨੂੰ ਮਹਿੰਗਾ ਮਿਲੇ। ਦੱਸੋ ਨਾ, ਮੈਂ ਕਹਿੰਦਾ ਮੇਰੇ ਘਰ ਦੇ ਵਿੱਚ ਇੱਕ ਰਿਮੋਟ ਚਾ ਰਿਮੋਟ ਬੰਦਾ ਪਿਆ ਅਤੇ ਮੇਰੇ ਘਰ ਦੇ ਹੀ ਲੋਕ ਇਹਨੂੰ ਰਿਮੋਟ ਨੂੰ ਮਹਿੰਗਾ ਲੈਣ। ਮੋਬਾਈਲ ਤਾਂ ਚਾਈਨਾ ਤੋਂ ਬਣ ਕੇ ਆ ਰਹੇ ਨੇ ਸਾਰੇ, ਇਹ ਕਿਹੜਾ ਮੁੱਖ ਮੰਤਰੀ ਘਰ ਥੋੜ੍ਹੀ ਬਣਾ ਰਹੇ। ਗੱਲ ਸਮਝੋ ਨਾ, ਬਿਜਲੀ ਦਾ ਉਤਪਾਦਨ ਕਰਦੇ ਤੁਹਾਡੇ ਘਰ ਬਿਜਲੀ ਜਾਂਦੀ ਹੈ, ਕੀ ਰੇਟ ਬਿਜਲੀ ਦਾ ਬਿੱਲ ਭਰਦੇ ਹੋ? ਕੀ ਰੇਟ ਬਿਜਲੀ ਦਾ ਬਿੱਲ ਆ ਰਿਹਾ? 12 ਰੁਪਈਆ 12 ਰੁਪਏ ਆ ਰਹੀ ਹੈ। ਹਰਿਆਣਾ ਹਿਮਾਚਲ ਰਿਸ਼ਤੇਦਾਰ ਰਹਿੰਦੇ ਆਪਣੇ, ਦਿੱਲੀ ਰਿਸ਼ਤੇਦਾਰ ਰਹਿੰਦੇ ਆ, ਕਦੀ ਪੁੱਛਿਆ ਉਹਨਾਂ ਨੂੰ ਕੀ ਰੇਟ ਬਿਜਲੀ ਦਾ ਰੇਟ ਆ ਰਿਹਾ? 3 ਰੁਪਏ ਬਿਜਲੀ ਹਰਿਆਣੇ ਦਿੱਤੀ ਜਾਂਦੀ ਆ। ਤੁਹਾਡੇ ਕਹਿਣ ਦਾ ਇੱਕ ਮਿੰਟ, ਬਿਜਲੀ ਵਾਲੇ ਦੇ ਰਹੇ ਨੇ, ਜਿੱਥੇ ਬਿਜਲੀ ਦਾ ਉਤਪਾਦਨ ਨਹੀਂ ਕੀਤਾ ਜਾਂਦਾ ਉਹ ਵਿਅਕਤੀ ਮਾਲ ਸਸਤਾ ਦੇ ਰਿਹਾ। ਅਸੀਂ ਲੋਕ ਜਿਸ ਚੀਜ਼ ਦਾ ਉਤਪਾਦਨ ਕਰਦੇ ਹਾਂ ਅਸੀਂ ਉਹੀ ਚੀਜ਼ ਮਹਿੰਗੀ ਲੈ ਰਹੇ ਹਾਂ, ਇੱਦਾਂ ਕਿਉਂ? ਕਿੱਥੇ ਜਾ ਰਿਹਾ ਪੈਸਾ? ਜਿਹੜੇ ਬਿਜਲੀ ਦੀ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਨੇ, ਮਹਿੰਗੇ ਮਹਿੰਗੇ ਸਮਝੌਤੇ ਕੀਤੇ ਨੇ, ਉਹਦੇ ਵਿੱਚ ਕਮਾਈ ਕੌਣ ਖਾ ਗਿਆ? ਕਾਲੀ ਕਮਾਈ ਕੌਣ ਖਾ ਗਿਆ? ਕੌਣ ਖਾ ਗਿਆ ਸਾਡੇ ਪਸੀਨੇ ਦੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਕੌਣ ਖਾ ਗਿਆ? ਅਗਰ ਮੇਰੇ ਘਰ 10,000 ਰੁਪਏ ਮਹੀਨਾ ਬਿਜਲੀ ਦਾ ਬਿੱਲ ਆਉਂਦਾ ਨਾ, ਤਾਂ ਸਮਝ ਲਓ 7 ਤੋਂ 8 ਹਜ਼ਾਰ ਰੁਪਈਆ ਮੇਰਾ ਮਿਹਨਤ ਦੀ ਕਮਾਈ ਇਹਨਾਂ ਰਾਜਨੀਤਿਕ ਦਲਾਂ ਦੀ ਜੇਬਾਂ ਦੇ ਵਿੱਚ ਜਾ ਰਹੀ ਹੈ। ਸਰ ਇਹ ਦੱਸੋ ਵੀ ਹਿੰਦੁਸਤਾਨ ਦੇ ਵਿੱਚ ਆਪਾਂ ਭਾਰਤ ਦੀ ਗੱਲ ਕਰੀਏ, ਬਹੁਮਤ ਕਿਹਦੀ ਆ, ਹਿੰਦੂਆਂ ਦੀ ਜ਼ਿਆਦੇ ਆ ਜਾਂ ਪੰਜਾਬ ਆਪਣੇ ਸਿੱਖਾਂ ਦੀ ਜ਼ਿਆਦੇ ਆ? ਮੈਂ ਪਹਿਲੀ ਗੱਲ ਤਾਂ ਹਿੰਦੂ ਸਮਾਜ ਦੀ ਜ਼ਿਆਦਾ, ਹਿੰਦੂ ਸਮਾਜ ਦੀ ਜ਼ਿਆਦਾ ਆ। ਤੁਸੀਂ ਨੇ ਹੁਣ ਤੱਕ ਦੂਸਰੀਆਂ ਸਟੇਟਾਂ 'ਚ ਕਹਿ ਲਓ ਜਾਂ ਪੰਜਾਬ ਦੇ ਵਿੱਚ ਕਹਿ ਲਓ, ਹਿੰਦੂ ਲੋਕਾਂ ਨੇ, ਜਾਂ ਤੁਸੀਂ ਹਿੰਦੂ ਗੱਲ ਕਰਦੇ ਹੋ ਵੀ ਹਿੰਦੂ ਚਿਹਰਾ ਹੋਣਾ ਚਾਹੀਦਾ ਜਿਹੜਾ ਸੀ ਐੱਮ ਹੈ ਪੰਜਾਬ ਦੇ ਅੰਦਰ, ਤੁਸੀਂ ਨੇ ਦੂਜੀਆਂ ਸਟੇਟਾਂ ਵਿੱਚ ਕਿੰਨੇ ਕੁ ਮੁਸਲਮਾਨ ਜਿਹੜੇ ਸੀ ਐੱਮ ਬਣਾਏ ਨੇ? ਮੇਰੀ ਗੱਲ ਪਹਿਲੀ ਗੱਲ ਤਾਂ ਇੱਕ ਆ ਜੋ, ਪੰਜਾਬ ਦੇ ਵਿੱਚ ਅਸੀਂ ਲੋਕ 42% ਬੈਠੇ ਹਾਂ, ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕ 42% ਨੇ, 42% ਅੱਜ ਆਪਣਾ ਹੱਕ ਮੰਗ ਰਿਹਾ, ਤੇ ਤਕਲੀਫ ਕਿਉਂ ਹੋ ਰਹੀ ਹੈ? ਨਹੀਂ ਸਰ, ਇੱਕ ਮੈਨੂੰ ਲੱਗਦਾ ਤੁਸੀਂ ਕਹਿੰਦਾ ਤੁਹਾਨੂੂੰ ਮੇਰੀ ਗੱਲ ਸੁਣੋ, ਤਕਲੀਫ ਹੋ ਰਹੀ ਹੈ? ਮੇਰੀ ਗੱਲ ਸੁਣੋ, ਮੈਨੂੰ ਜੋ ਲੱਗ ਰਿਹਾ ਤੁਹਾਨੂੰ ਵੀ ਇਹ ਤਕਲੀਫ ਹੋ ਰਹੀ ਹੈ, ਮੈਨੂੰ ਇਹ ਤਕਲੀਫ ਨਹੀਂ, ਸੁਣੋ ਗੱਲ ਕਰ ਰਹੇ ਹੋ ਸਾਡੇ ਨਾਲ ਮੇਰੀ ਕਿਵੇਂ? ਜਦੋਂ ਅਸੀਂ ਸਰ ਪਹਿਲਾਂ ਸਿੱਧੇ ਸਵਾਲ ਕਰੋ, ਅਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਨਾ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਸਾਨੂੰ ਲੋਕ ਕਮੈਂਟ ਕਰਦੇ ਨੇ, ਅਸੀਂ ਉੱਥੋਂ ਤਕਲੀਫ ਲਾਉਂਦੇ, ਤਕਲੀਫ ਕੀ ਹੈ? ਤਕਲੀਫ ਕਿਉਂ? ਮੈਨੂੰ ਹੁਣ ਕੁਛ ਦਿਨ ਪਹਿਲਾਂ ਹੀ ਪਾਕਿਸਤਾਨ 'ਚ ਪੰਜਾਬ ਦੇ ਰਹਿਣ ਵਾਲਾ ਹਰਿੰਦਰ ਸਿੰਘ ਰਿੰਦਾ ਗੈਂਗਸਟਰ ਹੈ, ਮੈਨੂੰ ਕੱਲ੍ਹ ਫੋਨ ਕਰਕੇ ਧਮਕਾ ਰਿਹਾ ਵੀ ਇਹ ਮੁੱਦੇ ਨੂੰ ਛੱਡ ਦੇ, ਨਹੀਂ ਤਾਂ ਤੈਨੂੰ ਗੋਲੀ ਮਾਰ ਦਿਆਂਗੇ। ਰਾਜੀਵ ਜੀ, ਮੈਨੂੰ ਇਹ ਗੱਲ ਦੱਸੋ, ਗੱਲ ਸੁਣੋ ਪਹਿਲਾਂ, ਤਕਲੀਫ ਕਿਉਂ ਹੈ? ਮੈਂ ਕਹੋ ਜਦੋਂ 55 ਸਾਲ ਤੋਂ ਜੱਟਾਂ ਨੇ ਰਾਜ ਕੀਤਾ, ਮੁੱਖ ਮੰਤਰੀ ਹੁਣ ਵੀ ਸਾਡੇ ਪੰਜਾਬ ਦੇ ਵਿੱਚ ਜੱਟ ਨੇ, ਅਸੀਂ ਲੋਕਾਂ ਨੇ ਵਿਰੋਧ ਕੀਤਾ, ਜਦ ਅਸੀਂ ਆਪਣੇ ਹੱਕ ਦੀ ਗੱਲ ਕੀਤੀ ਤਾਂ ਤਕਲੀਫ ਕਿਉਂ? ਕਿਉਂ ਨਾ ਹਿੰਦੂ ਸਮਾਜ ਦਾ ਕੁਸ਼ਲ ਵਿਅਕਤੀ, ਇਮਾਨਦਾਰ ਵਿਅਕਤੀ, ਯੋਗਿਆ ਵਿਅਕਤੀ ਜਿਹੜਾ ਪੰਜਾਬ ਨੂੰ ਕਰਜ਼ਾ ਮੁਕਤ ਕਰੇ, ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵੇ, ਕਿਉਂ ਨਾ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਬਣੇ? ਇੱਕ ਦੂਸਰੀ ਗੱਲ, ਹੁਣ ਤੁਸੀਂ ਜਿਹੜੀ ਆ ਗੱਲ ਤੋਂ ਆਉਂਦੇ ਹੋ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਸਿੱਖ ਸਮਾਜ ਦਾ ਬਣੇ, ਪਰ ਇਹ ਲੋਕਤੰਤਰ ਆ ਜੀ, ਇੱਥੇ ਚੁਣ ਕੇ ਜਾਂਦੇ ਨੇ MLA ਆਪਣਾ ਮੰਤਰੀ ਸਾਹਿਬ ਵੀ ਜੱਟ ਸਮਾਜ ਦਾ ਜਿਹੜਾ ਵਿਅਕਤੀ ਆ 55 ਸਾਲ ਤੋਂ ਮੁੱਖ ਮੰਤਰੀ ਆ ਰਿਹਾ ਪੰਜਾਬ ਦਾ, ਪਰਿਵਰਤਨ ਹੈ, ਪਰਿਵਰਤਨ ਦੀ ਹਰ ਤੁਸੀਂ ਗੱਲ ਸੁਣੋ, ਤੁਹਾਡੇ ਘਰ ਰੋਜ਼ ਮੂੰਗੀ ਦਾਲ ਬਣੇ ਖਾ ਲੂੰਗੇ? ਨਹੀਂ ਸਰ, ਸਵਾਲ ਕੀਤਾ ਨਾ ਮੈਂ ਤੁਹਾਨੂੰ ਕਰ ਰਿਹਾ, ਤੁਹਾਡੇ ਘਰ ਰੋਜ਼ ਮੂੰਗੀ ਦਾਲ ਬਣੇ ਖਾਓਗੇ? ਤੁਸੀਂ ਵੀ ਇੱਕ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਹੋ, ਮੈਂ ਤੁਹਾਨੂੰ ਵੀ ਸਵਾਲ ਕਰ ਸਕਦਾ, ਘਰ ਦੇ ਵਿੱਚ ਰੋਜ਼ ਮੂੰਗੀ ਦਾਲ ਬਣੇ ਨਹੀਂ ਖਾ ਸਕਦੇ? ਅਗਰ ਅਲੱਗ ਅਲੱਗ ਟੇਸਟ ਹੋਵੇ, ਵਧੀਆ ਤੋਂ ਵਧੀਆ ਬਣਦੀ ਰਹੇ, ਫਿਰ ਤੁਸੀਂ ਖਾ ਸਕਦੇ ਹੋ? ਇੱਦਾਂ ਮੈਂ ਗੱਲ ਕਰਦਾ, ਅਗਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਜੱਟ ਸਮਾਜ ਤੋਂ ਆਏ, ਅਗਰ ਇਹਨਾਂ ਨੇ ਪੰਜਾਬ 'ਚ ਖੁਸ਼ਹਾਲੀ ਲਿਆਂਦੀ ਹੁੰਦੀ, ਧਰਮ ਨਿਰਪੇਖ ਸ਼ਾਸਨ ਕੀਤਾ ਹੁੰਦਾ, ਤੇ ਮੈਂ ਵੀ ਇਹਨਾਂ ਦਾ ਸਮਰਥਨ ਕਰਦਾ। ਗਲਤ ਹੈ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ, ਸਾਡੇ ਨਾਲ ਚੌਥੇ ਦਰਜੇ ਦਾ ਵਿਵਹਾਰ ਕੀਤਾ ਜਾ ਰਿਹਾ, ਸਾਡੀ ਗਊਆਂ ਰੋੜਾਂ 'ਤੇ ਫਿਰਦੀਆਂ ਪਈ ਆ, ਸਾਡੀ ਗਊ ਰੋਡ 'ਤੇ ਫਿਰਦੀ ਪਈ ਆ, ਅਤੇ ਮੁੜ ਕੇ ਹਿੰਦੂ ਗੋ ਸੈਂਸ ਦੇ ਨਾਮ ਦੇ ਉੱਤੇ ਕਰੋੜਾਂ ਅਰਬਾਂ ਰੁਪਈਆ ਟੈਕਸ ਲਿੱਤਾ ਜਾ ਰਿਹਾ, ਪੈਸਾ ਕਿੱਥੇ ਜਾ ਰਿਹਾ? ਕਿਉਂ ਸਾਡੀ ਗਊ ਰੋਡ ਦੇ ਉੱਤੇ ਕੂੜਾ ਖਾਣ ਨੂੰ ਮਜਬੂਰ ਹੋਵੇ? ਕਿਉਂ ਸਾਡੀ ਗਊ ਆਪਣੀ ਪਿਆਸ ਮਿਟਾਉਣ ਲਈ ਗੰਦਾ ਪਾਣੀ ਪੀਣ ਨੂੰ ਮਜਬੂਰ ਹੋਵੇ? ਕਿੰਨਾ ਕਰਕੇ, ਕਿੰਨਾ ਲੋਕਾਂ ਕਰਕੇ, ਕਾਹਦੇ ਲਈ? ਅਸੀਂ ਤਾਂ ਇੱਕ ਗੱਲ ਇਹ ਵੀ ਸਾਫ਼ ਸਾਫ਼ ਕਹਿੰਦੇ ਹਾਂ ਵੀ ਜਦੋਂ ਰਾਜਨੀਤਿਕ ਮੰਚ ਲੱਗਦਾ, ਵੱਡੀ ਵੱਡੀ ਸਟੇਜਾਂ ਲੱਗਦੀਆਂ, ਕਦੀ ਕਿਸੇ ਰਾਜਨੀਤਿਕ ਲੀਡਰ ਨੇ ਆਪਣੇ ਮੂੰਹ 'ਚੋਂ ਕਦੀ ਹਿੰਦੂ ਸ਼ਬਦ ਕਿਹਾ? ਜਦੋਂ ਗੱਲ ਕੀਤੀ ਜਾਂਦੀ ਹੈ 84 ਦੇ ਦੰਗਿਆਂ ਨੂੰ ਇਨਸਾਫ਼ ਦਿਲਾਵਾਂਗੇ, ਕਦੀ ਇਹ ਵੀ ਗੱਲ ਕੀਤੀ ਹੈ ਜਿਹੜੇ ਅੱਤਵਾਦ ਦੇ ਦੌਰਾਨ ਜਿਹੜੇ ਸਾਡੇ ਹਿੰਦੂ ਮਰੇ ਨੇ ਅਸੀਂ ਉਹਨਾਂ ਨੂੰ ਇਨਸਾਫ਼ ਵੀ ਦਵਾਵਾਂਗੇ? ਕਦੀ ਕਿਸੇ ਨੇ ਗੱਲ ਕੀਤੀ? ਕਿਸੇ ਨੇ ਕੀਤੀ ਗੱਲ? ਜਦੋਂ ਸਟੇਜ ਤੇ ਖੜੇ ਨੇ, ਕਿਉਂ ਮੈਂ ਵਿਰੋਧ ਕਰਾਂ? ਕਿਉਂ ਮੈਂ ਆਪਣਾ ਹੱਕ ਮੰਗਾਂ? ਰਾਜੀਵ ਜੀ,
गल इस तरह तुसी ने कहा भी हिंदू समाज का सिख होना चाह हिंदू समाज का सीएम होना चाहिए। चलो ये मान लिया नहीं बनाते ठग ने चोर ने कुछ भी कह लो इन्हों। एक मिनट सर पहला सवाल सुन लो, पहला सवाल सुन लो। कमाई है